मैं हजे तक देखी नहीं गन एंड गोल ते इहदे विच मेरे वीर सरदार सोही साहब जी हैं। मैं सोही साहब जी थोड़ी बड़ी गलबात करांगा इंडिया विच इस वेले हैं। सोही साहब जी जी आयां नूं प्रोग्राम विच सत श्रीकाल जी। सत श्रीकाल भाजी, की हाल चाल जी? जानकारी लईए थोड़ा बहुत अपने बारे अपने पिंड बारे दस देवो किथों शुरुआत हुई है। शुरुआत जी मैं संगरूर जिले दे पिंड टिब्बा दा जमपाला जी उथों शुरुआत हुई। उथे बचपन तो ही शौक सी जदों स्कूल च पढ़ते सी उदों तो ही छोटी मोटी कुछ कविता गीत सुनाउण दा शौक सीगा। एक्टिंग एक्टिंग बारे तां उदों पता ही नहीं सी। ओह जमाना फिल्मां जाके दसवीं दे पेपर देण गए पहली वारी धूरी उत्थे फिल्म देखी सी जी। उस तों पहलां फिल्म बारे पता ही नहीं सी। ਫਿਲਮਾਂ ਦਾ ਕੰਮ ਬਹੁਤ ਲੇਟ ਸ਼ੁਰੂ ਹੋਇਆ। ਸੋਹੀ ਸਾਹਿਬ ਅੱਜ ਕੱਲ ਤਾਂ ਹਰ ਇੱਕ ਇਨਫੋਰਮੇਸ਼ਨ ਤੁਹਾਡੇ ਹੱਥ ਦੇ ਉੱਪਰ ਫੋਨ ਵਿੱਚ ਮਿਲ ਜਾਂਦੀ ਆ। ਉਸ ਵੇਲੇ ਮੀਡੀਆ ਦਾ ਬਹੁਤ ਯੋਗਦਾਨ। ਉਸ ਵੇਲੇ ਕਿੱਦਾਂ ਖਿਆਲ ਆਇਆ ਵੀ ਆਪਾਂ ਥੀਏਟਰ ਵੱਲ ਚੱਲਦੇ ਆਪਾਂ ਫਿਲਮਾਂ ਵੱਲ ਚੱਲਦੇ ਹਾਂ? ਉਸ ਵੇਲੇ ਮੈਂ ਉਹੀ ਸ਼ੁਰੂ ਕਰਨ ਲੱਗਿਆ ਸੀ ਗੱਲ ਕਿ ਜਦੋਂ ਮੈਂ ਦਸਵੀਂ ਦੇ ਪੇਪਰ ਦੇਣ ਗਿਆ ਮੇਰੇ ਨੇੜੇ ਧੂਰੀ ਸ਼ਹਿਰ ਪੈਂਦਾ ਸਾਡਾ ਤਹਿਸੀਲ ਹੈ ਧੂਰੀ ਮੇਰੀ ਜੀ। ਉੱਥੇ ਮੈਂ ਪਹਿਲੀ ਵਾਰ ਜਦੋਂ ਫਿਲਮ ਦੇਖੀ ਉਹ ਫਿਲਮ ਦਾ ਨਾਂ ਸੀ ਜੱਗਾ ਡਾਕੂ ਤਾਰਾ ਸਿੰਘ ਜੀ ਦੀ ਜੀ। ਉਹ ਫਿਲਮ ਦੇਖੀ ਤੇ ਮੈਨੂੰ ਉਹ ਜਿਹੜਾ ਚੱਲਦੀਆਂ ਫਿਰਦੀਆਂ ਤਸਵੀਰਾਂ ਦਾ ਜਿਹੜਾ ਜਾਦੂ ਹੈ ਉਹ ਪਹਿਲੀ ਵਾਰੀ ਉਹ ਫਿਲਮ ਦੇਖ ਕੇ ਹੋਇਆ। ਲੱਗਿਆ ਯਾਰ ਆਹ ਕੰਮ ਬਹੁਤ ਵਧੀਆ ਹੈ, ਇਹ ਪਤਾ ਨੀ ਅੰਦਰੋਂ ਮਨ ਨੇ ਹੁੰਗਾਰਾ ਭਰਿਆ ਇਹ ਕੰਮ ਤੂੰ ਕਰ ਸਕਦਾ ਹੈਂ। ਤੇ ਬਸ ਫਿਰ ਉਹ ਉਸ ਤੋਂ ਬਾਅਦ ਕਾਲਜ ਪੜ੍ਹਾਈ ਕੀਤੀ। ਪੜ੍ਹਦੇ ਪੜ੍ਹਦੇ ਫਿਰ ਮਨ ਚ ਵਿਚਾਰ ਇਹ ਸੀ ਐਕਟਰ ਬਣੀਏ ਜੀ। ਪਾਪਾ ਨਾਲ ਸਲਾਹ ਹੋਈ ਬਾਅਦ ਚ ਉਹ ਕਹਿੰਦੇ ਬੇਟਾ ਤੂੰ ਕੀ ਗੱਲ ਪੜ੍ਹਾਈ ਚ ਤੇਰਾ ਮਨ ਘੱਟ ਹੈ ਤੇ ਹੋਰ ਪਾਸੇ ਕੀ ਚੱਕਰ ਕੀ ਹੈ ਤੇਰਾ? ਮੈਂ ਕਿਹਾ ਜੀ ਮੈਂ ਐਕਟਰ ਬਣਨਾ। ਕਹਿੰਦੇ ਫਿਰ ਐਕਟਰ ਬਣ ਹੈਂ, ਜਿਹੜਾ ਤੈਨੂੰ ਰਸਤਾ ਲੱਭਦਾ ਕਰ। ਫਿਰ ਜੀ ਮੈਂ ਪਟਿਆਲੇ ਹਰਪਾਲ ਟਿਵਾਣਾ ਜੀ ਨੂੰ ਜੁਆਇਨ ਕਰ ਲਿਆ। ਫਿਰ ਮੈਂ ਜੀ ਹਰਪਾਲ ਟਿਵਾਣਾ ਸਾਹਿਬ ਉੱਥੇ ਥੀਏਟਰ ਕਰਦੇ ਸੀ ਤੇ ਉਹ ਜੁਆਇਨ ਕਰਨ ਦਾ ਜਿਹੜਾ ਮਸਲਾ ਸੀ ਉਹ ਵੀ ਬੜਾ ਟੇਢਾ ਹੋ ਗਿਆ ਸੀ ਕਿਉਂਕਿ ਮੇਰੀ ਗ੍ਰੈਜੂਏਸ਼ਨ ਕੰਪਲੀਟ ਨਹੀਂ ਸੀ ਹੋਈ। ਉਹਨਾਂ ਦਾ ਇਹ ਸੀ ਕਿ ਅਸੀਂ ਸਾਡੇ ਜਿਹੜੇ ਸਟੂਡੈਂਟ ਨੇ ਜਾਂ ਥੀਏਟਰ ਚ ਜਿਹੜੇ ਐਕਟਰ ਅਸੀਂ ਰੱਖਣੇ ਆ ਬੇਸ਼ੱਕ ਟ੍ਰੇਨਿੰਗ ਵਾਸਤੇ ਵੀ ਰੱਖੀ, ਅਸੀਂ ਗ੍ਰੈਜੂਏਟ ਰੱਖਾਂਗੇ। ਤੇ ਮੇਰੀ ਗ੍ਰੈਜੂਏਸ਼ਨ ਥੋੜੀ ਰਹਿ ਗਈ ਸੀ ਵਿੱਚ, ਮੇਰਾ ਹਾਦਸਾ ਹੋ ਗਿਆ ਸੀ ਇੱਕ ਸੈੱਟ ਸੱਟ ਸੁੱਟ ਵੱਜ ਗਈ ਸੀ, ਮੇਰੇ ਪੜ੍ਹਾਈ ਮੇਰੀ ਉਸ ਕਰਕੇ ਵੀ ਛੁੱਟ ਗਈ ਸੀ। ਫਿਰ ਮੈਂ ਉਹ ਥੀਏਟਰ ਫਾਈਨਲੀ ਉਹਨਾਂ ਨੇ ਮੇਰੀ ਜਿਹੜੀ ਹਾਜ਼ਰ ਜਵਾਬੀ ਜਾਂ ਮੇਰਾ ਕੋਨਫੀਡੈਂਸ ਲੈਵਲ ਦੇਖ ਕੇ ਮੈਨੂੰ ਕਹਿੰਦੇ ਚੱਲ ਠੀਕ ਹੈ ਬੇਟਾ ਆ ਜਾ ਜੁਆਇਨ ਕਰ ਲਾ। ਫਿਰ ਮੈਂ ਉਹਨਾਂ ਨਾਲ ਸੰਨ 75 ਤੋਂ ਲੈ ਕੇ 87 ਤੱਕ 12 ਸਾਲ ਰਾਂਝੇ ਨੇ ਮੱਝੀਆਂ ਚਰਾਈਆਂ ਸੀ ਹੀਰ ਦੀਆਂ ਤੇ ਆਪਾਂ ਨੇ ਫਿਰ ਹਰਪਾਲ ਟਿਵਾਣਾ ਸਾਹਿਬ ਦੇ ਉੱਥੇ ਸ਼ਾਗਿਰਦੀ ਕੀਤੀ। ਸੋਹੀ ਸਾਹਿਬ ਉਦੋਂ ਪਿੰਡਾਂ ਦੇ ਵਿੱਚ ਬਾਹਰੋਂ ਵੀ ਫਿਲਮਾਂ ਲਾਉਣ ਗਵਰਨਮੈਂਟ ਫਿਲਮਾਂ ਲਾਉਣ ਆਉਂਦੀ ਸੀਗੀ, ਕੰਧ ਦੇ ਉੱਪਰ ਪ੍ਰੋਜੈਕਟਰ ਪੇਸ਼ ਕਰਕੇ ਬੜਾ ਵੱਖਰਾ ਨਜ਼ਾਰਾ ਸੀਗਾ ਉਸ ਟਾਈਮ ਦਾ। ਤੇ ਇਹ ਤੁਹਾਡਾ ਡ੍ਰੀਮ ਬਹੁਤ ਵੱਡਾ ਸੀ ਜੇ ਦੇਖਿਆ ਜਾਵੇ ਉਸ ਟਾਈਮ ਵਿੱਚ ਵੀ ਮੈਂ ਵੀ ਇਸ ਤਰ੍ਹਾਂ ਦੇ ਕੰਮ ਕਰਾਂ। ਮੇਰੇ ਯਾਦ ਹੈ ਇਹੋ ਜਿਹਾ ਸੀਕੁਐਂਸ ਵੀ ਮੇਰੇ ਯਾਦ ਹੈ। ਸਾਡੇ ਪਿੰਡ ਉਦੋਂ ਪਬਲਿਕ ਰਿਲੇਸ਼ਨ ਵਾਲੇ ਹੁੰਦੇ ਸੀ, ਉਹ ਆਉਣੇ ਹੁੰਦੇ ਸੀਗੇ ਤੇ ਉਦੋਂ ਉਹਨਾਂ ਨੇ ਪ੍ਰੋਫੈਸਰ ਮੋਹਨ ਸਿੰਘ ਹੋਰਾਂ ਦਾ ਉਹ ਅੰਬੀ ਦਾ ਬੂਟਾ ਕਵਿਤਾ ਸੀ ਉਹਦੇ ਤੇ ਫਿਲਮ ਬਣਾਈ ਹੋਈ ਸੀ ਛੋਟੀ ਜੀ। ਉਹ ਜਦੋਂ ਸਾਡੇ ਪਿੰਡ ਸੀ ਜਦੋਂ ਉਹ ਪਰਦਾ ਉਹਨਾਂ ਨੇ ਰੱਸੀਆਂ ਜੇ ਬੰਨ ਕੇ ਪਰਦਾ ਟੰਗਿਆ ਤੇ ਪ੍ਰੋਜੈਕਟ ਲਾ ਕੇ ਉਹ ਦਿਖਾਇਆ, ਪਿੱਛੇ ਜਾ ਕੇ ਦੇਖਦੇ ਸੀ ਵੀ ਇਹ ਬੰਦੇ ਪਰਦੇ ਦੇ ਵਿੱਚ ਕਿਵੇਂ ਕਿੱਥੋਂ ਆਈ ਜਾਂਦੇ ਨੇ ਤੁਰੇ ਫਿਰਦੇ ਗੇੜੇ ਦਿੰਦੇ ਅੰਬੀ ਦੇ ਬੂਟੇ ਦੇ ਆਲੇ ਦੁਆਲੇ। ਤੇ ਉਹ ਐਕਸਪੀਰੀਅੰਸ ਉਦੋਂ ਬਹੁਤ ਵਧੀਆ ਲੱਗਿਆ ਸੀਗਾ। ਫਿਰ ਪਤਾ ਲੱਗਿਆ ਨਹੀਂ ਜੀ ਇਹ ਮਸ਼ੀਨਾਂ ਦਾ ਕੰਮ ਹੈ, ਟੈਕਨੀਕਲ ਸਾਰੀ ਫੋਟੋਗ੍ਰਾਫੀ ਚੱਲਦੀ ਫਿਰਦੀ ਹੈ। ਹੌਲੀ ਹੌਲੀ ਫਿਰ ਆਪ ਵੀ ਹੁਣ ਤਾਂ ਫੋਟੋਗ੍ਰਾਫੀ ਚੱਲਦੇ ਫਿਰਦੇ ਬਹੁਤ ਨਜ਼ਰ ਆਈਦਾ। ਪਰ ਸਰਦਾਰ ਸੋਹੀ ਜਿਹੜਾ ਨਾਂ ਆ ਇਹੀ ਨਾਂ ਸ਼ੁਰੂ ਤੋਂ ਚੱਲਦਾ ਰਿਹਾ ਕਿ ਇਹ ਪਰਦੇ ਤੇ ਨਾਂ ਪਾਇਆ ਹੋਇਆ? ਨਹੀਂ ਇਹ ਪਰਦੇ ਦਾ ਨਾਂ ਹੈ, ਪਰਦੇ ਦਾ ਵੀ ਪਰਦੇ ਤੋਂ ਪਹਿਲਾਂ ਹੀ ਮੇਰਾ ਥੀਏਟਰ ਚ ਸ਼ੁਰੂ ਹੋ ਗਿਆ ਸੀ। ਅਸਲ ਨਾਂ ਜੀ ਮੇਰਾ ਹੈਗਾ ਪਰਮਜੀਤ ਸਿੰਘ ਸੋਹੀ। ਮੈਂ ਜਦੋਂ ਟਿਵਾਣਾ ਸਾਹਿਬ ਦਾ ਥੀਏਟਰ ਗਰੁੱਪ ਜੁਆਇਨ ਕੀਤਾ ਉਹਨਾਂ ਨੇ ਹੌਲੀ ਹੌਲੀ ਮੈਨੂੰ ਐਵੇਂ ਮਜ਼ਾਕ ਚ ਕਹਿੰਦੇ ਹੁੰਦੇ ਸੀ ਓਏ ਇਹ ਤਾਂ ਮੇਰਾ ਬਹੁਤ ਵਧੀਆ ਐਕਟਰ ਹੈ, ਮੇਰੇ ਐਕਟਰਾਂ ਦਾ ਸਰਦਾਰ ਸੋਹੀ। ਉਹ ਬਸ ਏਦਾਂ ਕਰਦੇ ਕਰਦੇ ਫਿਰ ਪਹਿਲੀ ਫਿਲਮ ਜਦੋਂ ਉਹਨਾਂ ਨੇ ਬਣਾਈ ਲੌਂਗ ਦਾ ਲਿਸ਼ਕਾਰਾ 83 ਚ ਉਦੋਂ ਫਿਰ ਮੈਨੂੰ ਬਕਾਇਦਾ ਇਹ ਨਾਂ ਜਿਹੜਾ ਸਕਰੀਨ ਤੇ ਮੇਰਾ ਸਰਦਾਰ ਸੋਹੀ ਉਦੋਂ ਪਹਿਲੀ ਵਾਰੀ ਦਿੱਤਾ ਗਿਆ।
ਸੋਹੀ ਸਾਹਿਬ ਤੁਸੀਂ ਸੋਚਿਆ ਸੀਗਾ ਦੇਖਿਆ ਸਾਹਿਬ ਮੈਂ ਆਹ ਕੁਝ ਕਰ ਸਕਦਾ ਕਰਨਾ ਚਾਹੁੰਦਾ ਕਦੇ ਘਰ ਵੀ ਕਦੇ ਲੁਕ ਛੁਕ ਕੇ ਪ੍ਰੈਕਟਿਸ ਕੀਤੀ ਹੈ ਵੀ ਮੈਂ ਗੁਣ ਗਣਾਵਾਂ ਕੁਝ ਨਾ ਕੁਝ ਕਰਾਂ ਤੁਸੀਂ ਡਾਇਲੋਗ ਵੀ ਬਹੁਤ ਵਧੀਆ ਲਿਖਦੇ ਹੋ ਉਹ ਤਾਂ ਜੀ ਜਿਹੜੀ ਡਾਇਲੋਗ ਲਿਖਣ ਦੀ ਜਿਹੜੀ ਮੇਰੀ ਕਲਾ ਸਾਹਮਣੇ ਆਈ ਉਹ ਜਦੋਂ ਅਸੀਂ ਥੀਏਟਰ ਕਰਦੇ ਸੀ ਤਿਵਾਣਾ ਸਾਹਿਬ ਕੋਈ ਇੰਗਲਿਸ਼ ਪਲੇ ਅਡੈਪਟ ਕਰਨਾ ਪੰਜਾਬੀ ਚ ਉਹ ਜਾਂ ਨਵੇਂ ਪਲੇਜ ਲਿਖਣੇ ਉਹਨਾਂ ਨੇ ਆਪਦੇ ਲਿਖੇ ਜ਼ਿਆਦਾ ਕੀਤੇ ਸੀ ਆਪ ਹੀ ਲਿਖਦੇ ਸੀ ਕੁਛ ਇੱਕ ਬਾਹਰ ਦੇ ਪਲੇਜ ਵੀ ਉਹਨਾਂ ਨੇ ਕੀਤੇ ਬੜੇ ਜਿਹੜੇ ਜਿਵੇਂ ਬਲਵੰਤ ਗਾਰਗੀ ਸਾਹਿਬ ਡਾਕਟਰ ਹਰਚਰਨ ਸਿੰਘ ਉਹਨਾਂ ਦੇ ਲਿਖੇ ਨਾਟਕ ਵੀ ਕੀਤੇ ਸੀ ਤੇ ਬਾਕੀ ਉਦੋਂ ਮੇਰਾ ਹੌਲੀ ਹੌਲੀ ਹੱਥ ਖੁੱਲਦਾ ਗਿਆ ਜਿਹੜੇ ਨਾਟਕ ਡਾਇਲੋਗ ਲਿਖਣ ਪ੍ਰਤੀ ਤੇ ਬਾਕੀ ਜਿਹੜੀ ਗੱਲ ਹੈ ਕਿ ਸ਼ੁਰੂ ਤੋਂ ਮੇਰੇ ਅੰਦਰ ਚਿਣਗ ਹੋ ਹੁੰਦੀ ਹੈ ਜਦੋਂ ਮੈਂ ਸਕੂਲ ਚ ਪੜ੍ਹਦਾ ਸੀ ਮੇਰੇ ਯਾਦ ਹੈ ਮੈਨੂੰ ਸਾਡੇ ਜਿਹੜੇ ਪੀਟੀ ਮਾਸਟਰ ਹੁੰਦੇ ਸੀ ਉਹਨਾਂ ਨੇ ਚੱਕ ਕੇ ਟੇਬਲ ਤੇ ਖੜਾ ਦੇਣਾ ਸੀ ਚੱਲ ਬਾਈ ਹੈ ਤੇ ਅੱਜ ਕੱਲ ਮੈਂ ਅਕਸਰ ਇਹ ਤੰਜ ਮਾਰਦਾ ਹੁੰਦਾ ਕਿ ਹੁਣ ਤਾਂ ਅਸੀਂ ਜੇ ਸਾਡਾ ਪੁੱਤ ਪੰਜਾਬ ਦਾ ਜੋ ਕੋਈ ਸ਼ਰਾਬ ਪੀਂਦਾ ਤਾਂ ਮਾਪੇ ਕਹਿੰਦੇ ਸ਼ੁਕਰ ਹੈ ਸ਼ਰਾਬ ਹੀ ਪੀਂਦਾ ਹੈਂ ਨਸ਼ੇ ਏਡੇ ਭੈੜੇ ਭੈੜੇ ਹੈ ਨਸ਼ੇ ਦੁਨੀਆਂ ਚ ਚੱਲ ਪਏ ਪੰਜਾਬ ਚ ਆ ਗਏ ਉਹ ਜਿਹੜਾ ਛੇਵਾਂ ਦਰਿਆ ਚੱਲ ਪਿਆ ਜਿਹੜਾ ਨਸ਼ਿਆਂ ਦਾ ਉਹ ਬਹੁਤ ਖਤਰਨਾਕ ਹੋ ਗਿਆ ਸਾਡੇ ਵੇਲੇ ਜਦੋਂ ਬੱਚੇ ਸੀ ਉਦੋਂ ਚਾਹ ਨੂੰ ਨਸ਼ਾ ਮੰਨਦੇ ਸੀ ਕਹਿੰਦੇ ਸੀ ਜਾਂਦੇ ਜਾਂਦੇ ਅੰਗਰੇਜ਼ ਦਾ ਚਾਹ ਕਿੱਥੇ ਲਾ ਗਏ ਸਾਨੂੰ ਚਾਹ ਪੀਣ ਯਾਦ ਹੈ ਮੈਂ ਉਦੋਂ ਇੱਕ ਚਾਹ ਦੀ ਕਵਿਤਾ ਸੁਣਾਉਂਦਾ ਹੁੰਦਾ ਸੀਗਾ ਸਟੇਜ ਤੇ ਉਹ ਮੈਂ ਗੁਣਗੁਣਾ ਦਿੰਦਾ ਮੈਨੂੰ ਪਤਾ ਮੇਰੇ ਜਿਹੜੇ ਫੈਨਸ ਨੇ ਜਿਹੜੇ ਇੱਥੇ ਬੈਠੇ ਇੰਡੀਆ ਤੋਂ ਦੂਰ ਤੇ ਉਹ ਲਾਜ਼ਮੀ ਸੁਣਨਾ ਪਸੰਦ ਕਰਨਗੇ ਉਹ ਜੀ ਏਦਾਂ ਸੀ ਵੀ ਔਰਤ ਦੁੱਖ ਰੋਂਦੀ ਹੈ ਘਰ ਵਾਲੇ ਦੇ ਵੀ ਮੇਰਾ ਘਰ ਵਾਲਾ ਅਮਲੀ ਬਣ ਗਿਆ ਜਦੋਂ ਅਮਲੀ ਦਾ ਹੱਥ ਫਿਰ ਜਾਵੇ ਮੁੱਠੀ ਭਰ ਕੇ ਨਰੋਈ ਪਾਵੇ ਉਹਨੂੰ ਅਜੇ ਵੀ ਸਬਰ ਨਾ ਆਵੇ ਕਰ ਲੈਂਦਾ ਕਾਲੀ ਕੱਟ ਭੈਣੇ ਨੀ ਦਿੱਤੇ ਚਾਹ ਚੰਦਰੀ ਨੇ ਪੱਟ ਭੈਣੇ ਬਹੁਤ ਹੀ ਵਧੀਆ ਸੋ ਥੀਏਟਰ ਵਿੱਚ ਜਦੋਂ ਪਹਿਲਾਂ ਤੁਸੀਂ ਕਦਮ ਪਾਇਆ ਡਰ ਨੀ ਲੱਗਿਆ ਨਹੀਂ ਡਰ ਤਾਂ ਨਹੀਂ ਲੱਗਿਆ ਬਿਲਕੁਲ ਨਹੀਂ ਲੱਗਿਆ ਕਿਉਂਕਿ ਮੇਰੀ ਸਿਲੈਕਸ਼ਨ ਹੀ ਇਸ ਬੇਸ ਤੇ ਹੋਈ ਸੀ ਜਵਾਨਾ ਸਾਹਿਬ ਨੇ ਕਿਹਾ ਵੀ ਗ੍ਰੈਜੂਏਟ ਰੱਖਣ ਨੇ ਮੈਂ ਜੀ ਗ੍ਰੈਜੂਏਸ਼ਨ ਤਾਂ ਮੇਰੀ ਸਟੱਡੀ ਮੈਂ BSc ਐਗਰੀਕਲਚਰ ਕਰ ਰਿਹਾ ਸੀ ਵਿੱਚ ਛੁੱਟ ਗਈ ਪਰ ਮੈਂ ਕਿਹਾ ਦੇਖੋ ਮੈਂ ਇੱਕ ਗੱਲ ਕਹਿੰਦਾ ਸਰ ਤੁਸੀਂ ਮੈਨੂੰ ਰੱਖੋ ਨਾ ਰੱਖੋ ਪਰ ਮੈਂ ਤੁਸੀਂ ਡਾਇਰੈਕਸ਼ਨ ਦਿਓਗੇ ਮੈਂ ਤੁਹਾਡਾ ਜ਼ਿਆਦਾ ਦਿਮਾਗ ਨਹੀਂ ਚੜਦਾ ਤੁਹਾਡਾ ਜਿਹੜਾ ਸੀਨ ਹੋ ਮੈਂ ਉਹਦੇ ਚ ਫੋਰਨ ਕਰਕੇ ਦਿਖਾਊਂਗਾ ਉਹ ਮੇਰਾ ਕੋਨਫੀਡੈਂਸ ਲੈਵਲ ਦੇਖ ਕੇ ਕਹਿੰਦੇ ਅੱਛਾ ਇਹ ਕੰਮ ਕਰ ਗਿਆ ਸੀ ਫਿਰ ਜਦੋਂ ਮੈਂ ਵਾਪਸ ਗਿਆ ਮੈਨੂੰ ਕਹਿੰਦੇ ਆ ਵੇ ਬੇਟਾ ਤੂੰ ਬੜੀ ਵੱਡੀ ਗੱਲ ਕਰਕੇ ਗਿਆ ਸੀ ਤੇ ਸਨ 1975 ਚ ਅਸੀਂ ਫਿਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਚ ਉਦੋਂ ਗਾਂਧੀ ਜਯੰਤੀ ਵੀ ਮਨਾਈ ਗਈ ਸੀ ਤੇ ਗੁਰੂ ਤੇਗ ਬਹਾਦਰ ਸਾਹਿਬ ਦਾ 300 ਸਾਲਾ ਸ਼ਹੀਦੀ ਦਿਵਸ ਮਨਾਇਆ ਗਿਆ ਸੀ ਸਾਰੇ ਹਿੰਦੁਸਤਾਨ ਵਿੱਚ ਤੇ ਅਸੀਂ ਹਿੰਦੀ ਦੀ ਚਾਦਰ ਪਲੇ ਤੋਂ ਪਹਿਲਾਂ ਉੱਥੇ ਪ੍ਰਿੰਸੀਪਲ ਇੰਦਰਜੀਤ ਕੌਰ ਜੀ ਹੁੰਦੇ ਸੀਗੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਚ ਉਹ ਕਹਿੰਦੇ ਟਿਵਾਣਾ ਸਾਹਿਬ ਨੂੰ ਹਰਪਾਲ ਜੀ ਸਾਡੇ ਗਾਂਧੀ ਜਯੰਤੀ ਤੇ ਇੱਕ ਪਲੇ ਕਰ ਦਿਓ ਉੱਥੇ ਫਿਰ ਅਸੀਂ ਪਲੇ ਕੀਤਾ ਸੱਤਮੇਵ ਜੈਤੇ ਜੀ ਮੇਰੇ ਯਾਦ ਹੈ ਉਹਦੇ ਚ ਜਦੋਂ ਪਹਿਲਾਂ ਮੈਂ ਖਰਾ ਉਤਰਿਆ ਤਾਂ ਉਸ ਪਲੇ ਚ ਉਤਰਿਆ ਇੱਕ ਨੌਕਰ ਦਾ ਕਰੈਕਟਰ ਸੀ ਕੋਮੇਡੀ ਟਿਵਾਣਾ ਸਾਹਿਬ ਨੇ ਮੈਨੂੰ ਉਹ ਦਿੱਤਾ ਕਹਿੰਦੇ ਬੇਟਾ ਆਹ ਕਰਕੇ ਸਾ ਤੂੰ ਹਲਕਾ ਫੁਲਕਾ ਪਤਲਾ ਵੀ ਹੈਗਾ ਤੇ ਮੂਵਮੈਂਟਸ ਬਹੁਤ ਹੁੰਦੀਆਂ ਨੇ ਕਾਮੇਡੀ ਦੇ ਵਿੱਚ ਤੇ ਇਹ ਤੈਨੂੰ ਸ਼ੂਟ ਕਰੋ ਉਹ ਕੀਤਾ ਤਾਂ ਮੈਨੂੰ ਯਾਦ ਹੈ ਉੱਥੇ ਕੋਈ ਕੁੜੀ ਮੇਰੇ ਹੀ ਸਰਨਾਮੀ ਸੀ ਪਰਮਜੀਤ ਕੌਰ ਉਹਨੇ ਲਿਖਿਆ ਸੀ ਕਿ ਹਰਪਾਲ ਟਿਵਾਣਾ ਦੇ ਗਰੁੱਪ ਦੇ ਵਿੱਚ ਇੱਕ ਮੁੰਡਾ ਕੋਈ ਪਰਮਜੀਤ ਸੋਹੀ ਆਇਆ ਤੇ ਉਹਨੇ ਸਾਡੇ ਡਿਪਾਰਟਮੈਂਟ ਦੇ ਮੁੰਡੇ ਵੀ ਪਿੱਛੇ ਛੱਡਤੇ ਜਿਹੜੇ ਡਰਾਮਾ ਡਿਪਾਰਟਮੈਂਟ ਦੇ ਸੀਗੇ ਡੈਡਾ ਵਧੀਆ ਐਕਟਰ ਹੈ ਉਦੋਂ ਤਾਰੀਫ ਹੋਈ ਬਸ ਫਿਰ ਤਾਂ ਉਸ ਤੋਂ ਫਿਰ ਪਿੱਛੇ ਮੁੜ ਕੇ ਦੇਖਿਆ ਹੀ ਨੀ ਫਿਰ ਇੱਕ ਇੱਕ ਪਲੇ ਦੇ ਅਸੀਂ ਚਮਕੌਰ ਦੀ ਜਿਹੜੀ ਹਿੰਦ ਦੀ ਚਾਦਰ 400-500 ਸ਼ੋਅ ਕਰ ਚੁੱਕੇ ਉਹਨਾਂ ਨਾਟਕਾਂ ਦੇ ਸਾਡੀ ਗੱਲਬਾਤ ਚੱਲ ਰਹੀ ਹੈ ਸਰਦਾਰ ਸੋਹੀ ਸਾਹਿਬ ਨਾਲ ਵਿਰਾਸਤ ਰੇਡੀਓ ਤੇ ਐਕਟਰ ਹਨ ਜਿਹੜੀ ਫਿਲਮ ਗਨ ਐਂਡ ਗੋਲ ਹੈਗੀ ਲੱਗਣ ਜਾ ਰਹੀ ਹੈ ਇਸ ਹਫਤੇ ਤੁਸੀਂ ਦੇਖਣੀ ਜ਼ਰੂਰ ਸੋਹੀ ਸਾਹਿਬ ਸੋ ਸਟੇਜ ਪਲੇ ਤੋਂ ਬਾਅਦ ਫਿਰ ਕਿੱਦਾਂ ਸ਼ੁਰੂਆਤ ਹੋਈ ਐਕਟਰ ਤਾਂ ਸਟੇਜ 'ਤੇ ਬਣ ਗਏ ਸੀਗੇ ਫਿਰ ਫਿਲਮਾਂ 'ਚ ਅਸੀਂ ਆਏ ਜੀ 83 'ਚ ਜਦੋਂ ਟਿਵਾਣਾ ਸਾਹਿਬ ਨੇ ਲੌਂਗ ਦਾ ਲਿਸ਼ਕਾਰਾ ਫਿਲਮ ਬਣਾਈ ਤੇ ਲੌਂਗ ਦਾ ਲਿਸ਼ਕਾਰਾ ਤੋਂ ਮੇਰੀ ਐਂਟਰੀ ਇਹ ਫਿਲਮੀ ਦੁਨੀਆਂ 'ਚ ਹੋ ਗਈ ਲੌਂਗ ਦਾ ਲਿਸ਼ਕਾਰਾ ਚੰਨ ਪਰਦੇਸੀ ਕਿਆ ਮੂਵੀਆਂ ਸੀਗੀਆਂ ਹਜੇ ਵੀ ਹਿੱਟ ਫਿਲਮ ਆ ਹਾਂਜੀ ਹਾਂਜੀ ਉਹ ਤਾਂ ਕਮਾਲ ਦੀ ਇਤਿਹਾਸ ਨੇ ਉਹ ਫਿਲਮ ਇੰਡਸਟਰੀ ਦਾ ਉਸ ਤੋਂ ਬਾਅਦ ਇਤਿਹਾਸ ਰਚਣ ਵਾਲੀ ਕੋਈ ਫਿਲਮ ਨਹੀਂ ਆਈ ਹੁਣ ਤੱਕ ਜਿਹੜੀ ਲੋਕ 10-20 ਸਾਲ ਬਾਅਦ ਵੀ ਯਾਦ ਕਰਨ ਜਿਹੜੀ ਫਿਲਮ ਨੂੰ
ਜਿੱਦਾਂ ਤੁਸੀਂ ਹਿੰਦੀ ਦੀ ਫਿਲਮ ਸ਼ੋਲੇ ਦੇਖ ਲਵੋ ਤੇ ਚੰਨ ਪਰਦੇਸੀ ਦੇਖ ਲਵੋ, ਲੌਂਗ ਦਾ ਲਿਸ਼ਕਾਰਾ ਦੇਖ ਲਵੋ, ਮੁੜ ਕੇ ਫਰੈਸ਼ ਹੀ ਲੱਗਦੇ ਹਨ। ਸੋ ਜਦੋਂ ਪਰਦੇ ਦੇ ਉੱਪਰ ਆਏ ਤਾਂ ਤੁਹਾਡੀ ਜਿਹੜੀ ਰਹਿਣੀ ਬਹਿਣੀ ਚੇਂਜ ਹੋਈ ਥੋੜੀ? ਪਿੰਡ ਵਾਲੇ ਤਾਂ ਇਹ ਸੀ ਕਿ ਮੈਂ ਪਹਿਲਾਂ ਬਹੁਤ ਚੁੱਪ ਰਹਿਣ ਵਾਲਾ ਮੁੰਡਾ ਹੁੰਦਾ ਸੀਗਾ ਜੀ, ਤੇ ਉਹ ਪਿੰਡ ਵਾਲੇ ਸੋਚਦੇ ਸੀ ਵੀ ਇਹ ਮੁੰਡਾ ਗੱਲਬਾਤ ਤਾਂ ਕਰਦਾ ਨੀ, ਐਕਟਰਾਂ ਬਾਰੇ ਤਾਂ ਇਹ ਹੁੰਦਾ ਕਿ ਉਹ ਤਾਂ ਬਹੁਤ ਬੜਬੋਲੇ, ਚੁੱਪ ਹੀ ਨੀ ਕਰਦੇ। ਉਹ ਸੋਚ ਉਹਨਾਂ ਦੀ ਮਤਲਬ ਸੋਚ ਇਹ ਸੀ, ਇੱਕ ਸਾਡੇ ਇਲਾਕੇ ਦੇ ਕਾਮਰੇਡ ਹੁੰਦੇ ਸੀਗੇ ਦਲੀਪ ਸਿੰਘ ਮਸਤ ਜਲਾਲ ਦੀਵਾਲ ਤੋਂ, ਉਹ ਸਾਡੇ ਘਰੇ ਨਾਟਕ ਵੀ ਹੁੰਦੇ ਰਹੇ ਨੇ ਕਾਮਰੇਡਾਂ ਦੇ, ਰਿਹਰਸਲਾਂ ਵੀ ਹੁੰਦੀਆਂ ਰਹੀਆਂ ਨੇ। ਉਹ ਮੈਨੂੰ ਅਕਸਰ ਕਹਿੰਦਾ ਹੁੰਦਾ ਸੀਗਾ, ਮੇਰੇ ਮਾਮਾ ਜੀ ਕਾਮਰੇਡ ਸੀ, ਕਹਿੰਦਾ ਯਾਰ ਇਹ ਤੇਰਾ ਭਾਣਜਾ ਜਿਹੜਾ ਇਹ ਕਹਿੰਦਾ ਮੈਂ ਐਕਟਰ ਬਣਨਾ, ਇਹ ਬੋਲਦਾ ਤਾਂ ਘੱਟ ਗਿਆ, ਚੁੱਪ ਗੋਪੀ ਰਹਿੰਦਾ। ਪਰ ਜਦੋਂ ਫਿਲਮ ਲਾਉਣ ਦਾ ਲਿਸ਼ਕਾਰਾ ਰਿਲੀਜ਼ ਹੋਈ ਲੁਧਿਆਣੇ, ਉਹ ਪ੍ਰੀਤ ਪੈਲੇਸ ਸਿਨੇਮੇ ਚ ਮੈਂ ਸਪੈਸ਼ਲੀ ਬੁਲਾਇਆ ਉਹਨਾਂ ਨੂੰ, ਕਾਮਰੇਡ ਸਾਹਿਬ ਤੁਸੀਂ ਮਾਮਾ ਜੀ ਤੁਸੀਂ ਆਓ, ਮੇਰੇ ਪਾਪਾ ਜੀ ਨੂੰ ਕਹਿਣਾ ਹੁਣ ਲੈ ਕੇ ਆਓ ਨਾਲ। ਉਹਨਾਂ ਨੇ ਫਿਲਮ ਦੇਖੀ, ਫਿਲਮ ਦੇਖ ਕੇ ਫੇਰ ਉਹ ਖੁੱਲ ਕੇ ਹੱਸੇ, ਥੋੜਾ ਗਾਹ ਖੋਲ ਕੇ ਹੱਸਦੇ ਜੀ, ਹੱਸ ਕੇ ਮੈਨੂੰ ਕਹਿੰਦੇ ਉਹ ਭਾਣਜੇ ਬਈ ਮੈਨੂੰ ਤਾਂ ਗਲਤ ਫਹਿਮੀ ਬਹੁਤ ਸੀ ਵੀ ਐਕਟਰ ਦਾ ਬਹੁਤਾ ਬੋਲਣ ਵਾਲਾ ਬੰਦਾ ਹੀ ਬਣ ਸਕਦਾ ਹੈ, ਸਾਡਾ ਤਾਂ ਕਮਾਲ ਹੀ ਕਰਤੀ। ਬੜਾ ਮਾਣ ਹੋਇਆ ਫਿਰ ਸਾਰੇ ਇਲਾਕੇ ਚ ਵੀ ਸਾਡੇ ਇਲਾਕੇ ਦਾ ਮੁੰਡਾ ਵੀ ਫਿਲਮਾਂ ਚ ਕੰਮ ਕਰਨ ਲੱਗ ਗਿਆ। ਸੋਹੀ ਸਾਹਿਬ, ਤੁਹਾਡੇ ਪਰਿਵਾਰ ਵਿੱਚ ਕੋਈ ਇਸ ਇੰਡਸਟਰੀ ਵਿੱਚ ਸੀਗਾ ਜਿਹੜਾ ਤੁਹਾਨੂੰ ਰਾਈਟ ਵੇ ਐਡਾ ਵੱਡਾ ਚਾਂਸ ਮਿਲ ਗਿਆ? ਨਹੀਂ ਜੀ, ਨਹੀਂ 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 ਰਾਈਟ ਵੇ ਨਹੀਂ ਸਰ, ਮੈਂ 12 ਸਾਲ ਥੀਏਟਰ ਕੀਤਾ ਜੀ, 75 ਤੋਂ 87 ਤੱਕ। 83 ਚ ਫਿਲਮ ਜਦੋਂ ਸਾਡੇ ਉਸਤਾਦ ਜੀ ਫਿਲਮ ਬਣਾ ਰਹੇ ਨੇ, ਫਿਰ ਉਹਨਾਂ ਨੂੰ ਤਾਂ ਪਹਿਲਾਂ ਇਹ ਸੋਚਣਾ ਸੀ ਕਿ ਮੇਰਾ ਜਿਹੜਾ ਵਧੀਆ ਐਕਟਰ ਹੈ ਉਹਨੂੰ ਮੈਂ ਕੰਮ ਦੇਵਾਂ ਜੀ ਜੀ। ਰਾਜ ਬੱਬਰ, ਓਮਪੁਰੀ, ਇਹ ਹਰਪਾਲ ਟਵਾਣਾ ਸਾਹਿਬ ਦੇ ਸ਼ਾਗਿਰਦ ਰਹੇ ਨੇ ਮੇਰੇ, ਸੀਨੀਅਰ ਸੀ ਥੋੜੇ ਜੀ ਜੀ। ਤੇ ਸਾਡੇ ਨਾਲ ਗੁਰਦਾਸ ਮਾਨ ਸਾਹਿਬ, ਉਹ ਵੀ ਸਾਡੇ ਨਾਲ ਥੀਏਟਰ ਕਰਦੇ ਰਹੇ, ਕਿਰਜਾ ਸ਼ੰਕਰ ਹੁੰਦੇ ਸੀ ਉਹ ਵੀ ਥੀਏਟਰ ਕਰਦੇ ਰਹੇ, ਉਹ ਥੀਏਟਰ ਦੇ ਕਲਾਕਾਰ ਸੀ, ਮੈਂ ਵੀ ਥੀਏਟਰ ਵਾਲਾ ਹੀ ਸੀ। ਇਸ ਕਰਕੇ ਮੈਨੂੰ ਫਿਲਮਾਂ ਚ ਦੱਸਣ ਵਾਸਤੇ ਬਹੁਤੀ ਕੋਈ ਸਟਰਗਲ ਦੀ ਲੋੜ ਨੀ ਪਈ, ਜਦੋਂ ਸਾਡੇ ਉਸਤਾਦ ਜੀ ਨੇ ਫਿਲਮ ਬਣਾਈ ਉਹਨਾਂ ਨੇ ਮੈਨੂੰ ਫਿਲਮ ਚ ਲੈ ਲਿਆ। ਸੋ ਕੈਮਰੇ ਦੇ ਮੂਹਰੇ ਕੰਮ ਕਰਨ ਲਈ ਕਰਦੇ ਹੋ ਕਿ ਸਟੇਜ ਦੇ ਉੱਪਰ? ਨਹੀਂ, ਹੁਣ ਮੈਂ ਜ਼ਿਆਦਾ ਫਿਲਮਾਂ ਹੀ ਕਰਦਾ ਸਟੇਜ ਤੇ। ਹੁਣ ਜ਼ਿੰਦਗੀ ਦੇ 12 ਸਾਲ ਜਵਾਨੀ ਦੇ ਚੜ੍ਹ ਜਿਹੜੀ ਜਦੋਂ ਯੰਗ ਬਲੱਡ ਹੁੰਦਾ ਬੰਦੇ ਦਾ, ਉਹ ਮੈਂ ਥੀਏਟਰ ਨੂੰ ਦੇ ਤੇ ਹੁਣ ਥੱਕ ਗਿਆ, ਥੀਏਟਰ ਬਹੁਤ ਥਕਾ ਦਿੰਦਾ ਹੈ। ਹੁਣ ਮੇਰਾ ਦਿਲ ਕਰਦਾ ਕਿ ਮੈਂ ਫਿਲਮ ਐਕਟਿੰਗ ਕਰਾਂ ਆਰਾਮ ਨਾਲ, ਤੇ ਜਿਹੜੀ ਰਿਟਾਇਰਡ ਜੀ ਲਾਈਫ ਬਾਅਦ ਦੀ ਹੁੰਦੀ ਹੈ, ਹੁਣ ਉਹ ਉਮਰ ਬਹੁਤ ਲੰਘ ਗਈ ਉਹ ਯੰਗ ਮੁੰਡੇ ਖੁੰਡਿਆਂ ਵਾਲੀ। ਹੁਣ ਮੈਂ ਥੀਏਟਰ ਹੁਣ ਜ਼ਿਆਦਾ ਕਦੇ ਹੋ ਕਦੇ ਕਦੇ ਦਿਲ ਕਰਦਾ ਹੁੰਦਾ ਮੇਰੀ ਮਨਪਸੰਦ ਦਾ ਕੋਈ ਇਹੋ ਜਿਹਾ ਨਾਟਕ, ਇਹੋ ਜਿਹਾ ਪਲੇ ਸਾਹਮਣੇ ਆਵੇ, ਮੈਂ ਥੀਏਟਰ ਕਰ ਲਵਾਂ। ਪਰ ਥੀਏਟਰ ਵਾਸਤੇ ਐਨਰਜੀ ਲੈਵਲ ਬਹੁਤ ਜ਼ਿਆਦਾ ਚਾਹੀਦਾ ਹੁੰਦਾ, ਬੜੀ ਜਾਨ ਚਾਹੀਦੀ ਹੁੰਦੀ ਹੈ। ਥੀਏਟਰ ਬੜਾ ਬੰਦੇ ਦੀ ਐਨਰਜੀ ਮੰਗਦਾ, ਉਹ ਚਾਹੀਦੀ ਹੈ ਬੰਦੇ 'ਚ ਉਹ, ਤੇ ਉਹ ਹੁਣ ਉਹ ਲੈਵਲ ਜਿਹੜਾ ਮੁੰਡੇ ਖੁੰਡਿਆਂ ਵਾਲਾ ਉਹ ਥੀਏਟਰ ਕਰਨ ਵਾਲਾ ਉਹ ਤਾਂ ਰਿਹਾ ਨਹੀਂ। ਹਾਂ, ਕੋਈ ਕਰੈਕਟਰ ਇਹੋ ਜਿਹਾ ਮਿਲ ਗਿਆ ਕਦੇ ਕਰ ਵੀ ਸਕਦੇ ਹਾਂ, ਪਰ ਜ਼ਿਆਦਾ ਮੈਂ ਫਿਲਮਾਂ ਹੀ ਕਰ ਰਿਹਾ ਜੀ ਅੱਜ। ਸੋਹੀ ਸਾਹਿਬ, ਜੇ ਦੇਖਿਆ ਜਾਵੇ ਸਟੇਜ ਪਲੇ ਤੋਂ ਕਰਦੇ ਕਰਦੇ ਪਰਦੇ ਉੱਪਰ ਪਹੁੰਚ ਗਏ ਹੋ, ਟੈਕਨੋਲੋਜੀ ਬਹੁਤ ਚੇਂਜ ਹੋ ਗਈ ਆ, ਡਾਇਲੋਗ ਵੀ ਚੇਂਜ ਹੋ ਗਏ, ਸਟਾਈਲ ਆਫ ਐਕਟਿੰਗ ਵੀ ਚੇਂਜ ਹੋ ਗਈ, ਅੱਜ ਕੱਲ ਸਾਰੇ ਮਸਲਮੈਨ ਬਣ ਗਏ ਹਨ। ਪਰ ਡਜ਼ ਨਾਟ ਮੈਰਵ ਫਿਲਮ ਜਿਹੜੀ ਮਰਜ਼ੀ ਹੋਵੇ, ਜੇ ਉਹਦੇ ਵਿੱਚ ਸਟੋਰੀ ਲਾਈਨ ਵਧੀਆ, ਐਕਟਿੰਗ ਵਧੀਆ, ਭਾਵੇਂ ਬਲੈਕ ਐਂਡ ਵਾਈਟ ਹੋਵੇ, ਉਹ ਲੋਕ ਦੇਖ ਲੈਂਦੇ ਹਨ। ਤੁਸੀਂ ਵੱਧ ਕੰਮ ਕਿਹਦੇ ਨਾਲ ਲਾਈਕ ਕੀਤਾ ਕੰਮ ਕਰਨਾ, ਚਾਹੇ ਗੁਰਦਾਸ ਮਾਨ ਹੋਵੇ, ਚਾਹੇ ਹੋਰ ਮਿੱਤਰ ਦੋਸਤ, ਕਿਹਦੇ ਨਾਲ ਤੁਸੀਂ ਬਹੁਤ ਲੋਕਾਂ ਨਾਲ ਰਹੇ ਆ, ਜਾਣ ਪਛਾਣ ਲੋਕਾਂ ਨਾਲ ਰਹੇ, ਬੱਬਰ ਰਾਜ ਬੱਬਰ ਜੀ ਨਾਲ ਵੀ ਰਹੇ ਆ, ਕਿੱਦਾਂ ਦਾ ਮਾਹੌਲ ਸੀ ਉਸ ਵੇਲੇ? ਮੈਂ ਜਿਹੜੀ ਪਹਿਲੀ ਫਿਲਮ ਸੀ ਉਹ ਰਾਜ ਬੱਬਰ ਸਾਹਿਬ ਤੇ ਓਮਪੁਰੀ ਦੋਵੇਂ ਸੀਗੇ ਲੌਂਗ ਦਾ ਲਿਸ਼ਕਾਰਾ ਵਿੱਚ, ਤੇ ਉਹ ਤਾਂ ਬਹੁਤ ਕਮਾਲ ਦੇ ਐਕਟਰ ਨੇ। ਓਮਪੁਰੀ ਸਾਹਿਬ ਉਹ ਤਾਂ ਇੰਟਰਨੈਸ਼ਨਲ ਸਿੰਗਰ ਨੇ, ਉਹਨਾਂ ਨੂੰ ਵੱਡੇ ਵੱਡੇ ਅਵਾਰਡ ਵੀ ਮਿਲ ਗਏ। ਉਹ ਉਹਨਾਂ ਨਾਲ ਕੰਮ ਕਰਕੇ ਬਹੁਤ ਮਜ਼ਾ ਆਇਆ। ਪਹਿਲੀ ਉਹਨਾਂ ਨਾਲ ਮੈਂ ਲੌਂਗ ਦਾ ਲਿਸ਼ਕਾਰਾ ਕੀਤੀ ਸੀ, ਫਿਰ ਬਾਗੀ ਕੀਤੀ ਓਮਪੁਰੀ ਸਾਹਿਬ ਨਾਲ, ਉਹਨਾਂ ਨਾਲ ਮੈਂ ਬੰਬੇ ਥੀਏਟਰ ਵੀ ਅਸੀਂ ਉੱਥੇ ਪਲੇ ਵੀ ਕੀਤਾ ਸੀਗਾ ਹਿੰਦੀ ਦਾ, ਤੇ ਉਹ ਕਮਾਲ ਦੇ ਐਕਟਰ ਨੇ, ਉਹਨਾਂ ਨਾਲ ਬਹੁਤ ਮੈਂ ਇੰਜੋਏ ਕੀਤਾ ਕਰਕੇ। ਪਹਿਲਾਂ ਵੈਸੇ ਕੀ ਹੁੰਦਾ, ਜਿਹੜੇ ਯੰਗ ਮੁੰਡੇ ਨੇ ਉਹ ਨਵੀਂ ਨਵੀਂ ਟੈਕਨੀਕ ਲੈ ਕੇ ਆ ਰਹੇ ਨੇ, ਨਵੀਆਂ ਕਹਾਣੀਆਂ ਲੈ ਕੇ ਆ ਰਹੇ ਨੇ, ਨਵੇਂ ਡਾਇਰੈਕਟਰ ਨੇ ਜਿਹੜੇ ਯੰਗ ਮੁੰਡੇ, ਉਹਨਾਂ ਨਾਲ ਬਹੁਤ ਮਜ਼ਾ ਆਉਂਦਾ। ਉਹ ਸਾਡੇ ਨਾਲੋਂ ਜਿਹੜੀ ਉਹ ਇੱਕ ਸਟੈਪ ਅੱਗੇ ਹੀ ਹੁੰਦੇ ਨੇ ਸੋਚ ਦੇ ਵਿੱਚ, ਇਸ ਕਰਕੇ ਉਹ ਵਧੀਆ ਲੱਗਦਾ, ਨਵਾਂ ਕੰਮ, ਨਵੀਂ ਸੋਚ ਦੇ ਮਾਲਕ ਹੁੰਦੇ ਨੇ ਉਹ। ਅੱਗੇ ਕੈਮਰੇ ਵੀ ਘੱਟ ਹੁੰਦੇ ਸੀਗੇ, ਐਂਗਲ ਵੀ ਘੱਟ ਹੁੰਦੇ ਸੀਗੇ, ਜੇ ਇੱਕ ਮਿਸਟੇਕ ਹੋ ਜਾਵੇ ਦੁਬਾਰਾ ਰੀਟੇਕ ਕਰਨਾ ਪੈਂਦਾ, ਤੁਸੀਂ ਬੜਾ ਜ਼ੋਰਾਂ ਸ਼ੋਰਾਂ ਦੇ ਨਾਲ
ਦਿਮਾਗ ਦੇ ਨਾਲ ਐਕਟਿੰਗ ਕਰਦੇ ਸੀਗੇ। ਅੱਜ ਕੱਲ੍ਹ ਜੇ ਇੱਧਰੋਂ ਮਾੜੀ ਕਰੈਕਸ਼ਨ ਕਰਨੀ ਪਈ ਕੈਮਰਾ ਹੀ ਕਰੈਕਟ ਕਰ ਦਿੰਦਾ ਆ, ਸੋ ਕੰਮ ਥੋੜ੍ਹਾ ਸੌਖਾ ਵੀ ਹੋ ਗਿਆ। ਪਰ ਤੁਸੀਂ ਬੜੇ ਔਖੇ ਵੇਲੇ ਲੰਘੇ, ਚਾਹੇ ਸਟੇਜ ਹੋਵੇ, ਸਟੇਜ ਇੱਕ ਵਾਰੀ ਆ ਜਿਹੜਾ ਥੀਏਟਰ ਪਲੇ ਆ ਜਾਂ ਫਿਲਮਾਂ ਹੀ, ਹੁਣ ਪੰਜਾਬੀ ਫਿਲਮ ਵੀ ਇੱਕ ਵੇਲੇ ਲੱਗਦਾ ਸਾ ਵੀ ਮੁੜ ਕੇ ਕਦੇ ਹਿੱਟ ਨਹੀਂ ਹੋਣੀਆਂ, ਬੰਦ ਹੋ ਜਾਣੀਆਂ, ਪਰ ਦੁਬਾਰਾ ਫਿਰ ਇਹ ਚਾਲੂ ਹੋ ਗਈਆਂ ਹਨ। ਪੰਜਾਬੀ ਸਿਨੇਮਾ ਬਹੁਤ ਜੜਤ ਤੇ ਹੈ ਜੀ, ਹੁਣ ਬੰਦ ਹੋਣ ਦਾ ਕੋਈ ਖਤਰਾ ਨਹੀਂ। ਬਹੁਤ ਲੋਕ ਕਹਿੰਦੇ ਨੇ ਜੀ ਉਹ ਕਾਮੇਡੀ ਦਾ ਦੌਰ ਖਤਮ ਹੋ ਗਿਆ, ਉਹ ਕਾਮੇਡੀ ਦੌਰ ਖਤਮ ਹੋ ਗਿਆ ਨਹੀਂ ਹੁੰਦਾ ਹੁੰਦਾ। ਕਾਮੇਡੀ ਜਿਹੜੀ ਸੈਂਸੀਬਲ ਕਾਮੇਡੀ ਹੈ ਉਹ ਬਣਦੀ ਰਹੂਗੀ, ਬਾਕੀ ਜਿਹੜੀ ਫੂਡ ਕਾਮੇਡੀ ਸੀ ਉਹ ਆਈ ਵੀ ਵਿੱਚ, ਤੇ ਇੱਕ ਅੱਧੀ ਲੋਕਾਂ ਨੇ ਉਹੋ ਜਿਹੀ ਪਸੰਦ ਵੀ ਕਰ ਲਈ ਬਹੁਤੀ, ਫਿਰ ਦੋ ਚਾਰ ਕਾਮੇਡੀ ਫਿਲਮਾਂ ਚੰਗਾ ਬਿਜ਼ਨਸ ਵੀ ਕਰਕੇ ਗਈਆਂ, ਲੋਕਾਂ ਨੂੰ ਹਸਾ ਵੀ ਗਈਆਂ। ਪਰ ਹੁਣ ਜਣਾ ਖਣਾ ਉੱਠ ਕੇ ਕਾਮੇਡੀ ਫਿਲਮ ਬਣਾਉਣ ਲੱਗ ਗਿਆ, ਪੱਤੀ ਨੂੰ ਪਤਾ ਹੀ ਨਹੀਂ ਕਿ ਹਾਸ ਵਿਅੰਗ ਕੀ ਹੁੰਦਾ, ਤੇ ਉਹ ਫਿਲਮਾਂ ਫਿਰ ਫਲੋਪ ਹੋਣੀਆਂ ਹੁੰਦੀਆਂ ਨੇ। ਪੰਜਾਬੀ ਮੂਵੀ ਤੁਹਾਡੀ ਗਨ ਐਂਡ ਗੋਲ ਆ ਰਹੀ ਹੈ, ਇਹਦੇ ਵਿੱਚ ਤੁਸੀਂ ਖੁਦ ਐਕਟਿੰਗ ਕੀਤੀ ਇਹਦੀ ਗਨ ਐਂਡ ਗੋਲ ਉਹ ਜੀ ਫੁੱਟਬਾਲ ਤੇ ਬਣਾਈ ਗਈ ਹੈ ਫਿਲਮ, ਬਹੁਤ ਅੱਛੀ ਗੱਲ ਹੈ ਕਿ ਸਪੋਰਟਸ ਤੇ ਵੀ ਫਿਲਮਾਂ ਬਣਦੀਆਂ ਨੇ ਪੰਜਾਬੀ ਚ। ਅੱਗੇ ਕਬੱਡੀ ਤੇ ਵੀ ਦੋ ਫਿਲਮਾਂ ਬਣ ਚੁੱਕੀਆਂ ਨੇ, ਹੁਣ ਇਹ ਤੀਜੀ ਫਿਲਮ ਹੈ ਜਿਹੜੀ ਫੁੱਟਬਾਲ ਤੇ ਬਣੀ ਹੈ, ਤੇ ਉਹਦੇ ਨਾਲ ਕੀ ਹੁੰਦਾ ਜਿਹੜੀ ਸਾਡੀ ਪੰਜਾਬ ਦੀ ਨੌਜਵਾਨੀ ਹੈ ਜਿਹੜੀ ਥੋੜਾ ਜਿਹਾ ਅੱਜ ਕੱਲ੍ਹ ਗਲਤ ਰਾਹ ਪਈ ਹੋਈ, ਸਾਰੇ ਮਾਪੇ ਦੁਖੀ ਨੇ, ਮੁੰਡੇ ਨਸ਼ਿਆਂ ਵੱਲ ਜਾ ਰਹੇ ਨੇ, ਉਹਨਾਂ ਨੂੰ ਨਸ਼ਿਆਂ ਵੱਲੋਂ ਰੁਝਾਨ ਇੱਧਰ ਨੂੰ ਲਿਆਉਣ ਵਾਸਤੇ ਕਿ ਸਿਹਤਾਂ ਚੰਗੀਆਂ ਹੁੰਦੀਆਂ ਨੇ, ਗੇਮਾਂ ਚੰਗੀਆਂ ਹੁੰਦੀਆਂ ਨੇ, ਇਹ ਜਿਹੜੇ ਬੰਦੇ ਇਹੋ ਜਿਹੀ ਫਿਲਮ ਬਣਾਉਂਦੇ ਆ। ਸਰਾਓ ਸਾਹਿਬ ਨੇ ਫਿਲਮ ਬਣਾਈ ਹੈ ਜੋ ਹੁਸ਼ਿਆਰਪੁਰ ਦੇ ਲਾਗੇ ਦੀ ਰਹਿਣ ਵਾਲੇ ਨੇ, ਤੇ ਮਾਲਪੁਰ ਜਿਹੜਾ ਉੱਥੋਂ ਦਾ ਵੱਡਾ ਕਸਬਾ ਹੈ, ਉੱਥੋਂ ਦੇ ਜਿਹੜੇ ਕਬੱਡੀ ਦੇ ਖਿਲਾੜੀ, ਜਲੰਧਰ ਦੇ ਆਸ ਪਾਸ ਦੇ ਫੁੱਟਬਾਲ ਦੇ ਖਿਲਾੜੀ ਬਹੁਤ ਹੋਏ ਨੇ, ਉੱਥੋਂ ਦੇ ਕੋਚ ਬੜਾ ਵੱਡਾ ਯੋਗਦਾਨ ਹੈ ਫੁੱਟਬਾਲ 'ਚ ਉਹਨਾਂ ਦਾ, ਤੇ ਉਹਨਾਂ ਨੇ ਇਹ ਸੋਚਿਆ ਕਿ ਆਪਾਂ ਫੁੱਟਬਾਲ ਤੇ ਫਿਲਮ ਬਣਾਈ ਜਾਵੇ। ਅੱਛੀ ਗੱਲ ਹੈ, ਬਹੁਤ ਸੋਹਣੀ, ਖੁਸ਼ੀ ਦੀ ਗੱਲ ਹੈ ਜੀ। ਸੋਹੀ ਸਰ, ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਬੜਾ ਮਨ ਲੱਗਾ ਜੀ ਕਰਦਾ, ਹੋਰ ਕਾਫੀ ਸਾਰੀਆਂ ਗੱਲਾਂ ਬਾਤਾਂ ਕਰੀਏ, ਪਰ ਖਬਰਾਂ ਵੀ ਲੈ ਕੇ ਆਉਣੀਆਂ। ਟਾਈਮ ਬੜੀ ਜਲਦੀ ਭੱਜਦਾ ਜਾ ਰਿਹਾ, ਤੁਸੀਂ ਟਾਈਮ ਕੱਢਿਆ ਸਾਡੇ ਵਾਸਤੇ। ਤੁਹਾਡੀ ਫਿਲਮ ਜਿਹੜੀ ਹੈ ਗਨ ਐਂਡ ਗੋਲ ਆ ਰਹੀ ਆ, ਕੁਲਵਿੰਦਰ ਚੀਨਾ ਜੀ ਜ਼ੋਰਾਂ ਸ਼ੋਰਾਂ ਨਾਲ ਪ੍ਰਮੋਟ ਕਰ ਰਹੇ ਇਸ ਫਿਲਮ ਨੂੰ ਟੋਰਾਂਟੋ ਏਰੀਆ ਦੇ ਵਿੱਚ, ਕੈਨੇਡਾ ਦੇ ਵਿੱਚ। ਧੰਨਵਾਦ ਜੀ ਚੀਨਾ ਸਾਹਿਬ ਦਾ ਵੀ, ਤੁਹਾਡਾ ਵੀ, ਤੇ ਤੁਸੀਂ ਸਾਡੀ ਫਿਲਮ ਦਾ ਜ਼ਿਕਰ, ਸਾਡਾ ਸੁਨੇਹਾ ਲੋਕਾਂ ਤੱਕ ਪਹੁੰਚਾਇਆ, ਸਾਨੂੰ ਮੇਰੇ ਜਿਹੜੇ ਨਾਰੇ ਭਰਾ ਦੂਰ ਬੈਠੇ ਮੇਰੇ ਤੋਂ ਇੱਥੋਂ ਪੰਜਾਬ ਤੋਂ, ਉਹਨਾਂ ਦੇ ਮੈਂ ਰੂਬਰੂ ਹਾਂ ਤੁਹਾਡੇ ਥਰੂ, ਬਹੁਤ ਬਹੁਤ ਮਿਹਰਬਾਨੀ ਜੀ, ਬਹੁਤ ਬਹੁਤ ਧੰਨਵਾਦ ਜੀ, ਰੱਬ ਰੱਖਾ, ਰਾਜਖੁਸ਼ੀ ਰਹੋ, ਚੜ੍ਹਦੀ ਕਲਾ ਵਿੱਚ ਰਹੋ, ਥੋੜੇ ਠਹਿਰ ਕੇ ਆਪਾਂ ਫਿਰ ਵਾਪਸ ਆਉਂਦੇ ਹਾਂ ਵਿਰਾਸਤ ਰੇਡੀਓ ਦੇ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।